ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ ਟੂਰਿਸਟ ਇੰਡੀਆ ਤੋਂ। ਅੱਜ ਆਪਾਂ ਗੱਲਾਂ ਕਰਾਂਗੇ ਜਿਹੜਾ ਲੇਟੈਸਟ ਇਸ਼ੂ ਹੈਗਾ ਕਿ ਕੈਨੇਡਾ ਨੇ 41 ਡਿਪਲੋਮੈਟਸ ਨੂੰ ਵਾਪਸ ਸੱਦ ਲਿਆ ਹੈਗਾ ਕੈਨੇਡਾ, ਕਿਉਂਕਿ ਕੁਛ ਟਾਈਮ ਪਹਿਲਾਂ ਇੰਡੀਆ ਨੇ ਸ਼ਰਤ ਰੱਖੀ ਸੀ ਕਿ ਜਿੰਨੇ ਸਾਡੇ ਡਿਪਲੋਮੈਟ ਕੈਨੇਡਾ 'ਚ ਨੇ ਤੁਸੀਂ ਗਿਣਤੀ ਉਹਦੇ ਬਰਾਬਰ ਹੀ ਇੰਡੀਆ 'ਚ ਰੱਖਣੀ ਹੈ। ਸੋ ਨੈਚੁਰਲ ਜੀ ਗੱਲ ਹੈ ਕਿ ਇੰਡੀਆ ਦੀ ਆਬਾਦੀ ਦੇ ਮੁਤਾਬਕ ਔਰ ਕੈਨੇਡਾ ਦੀ ਆਬਾਦੀ ਦੇ ਮੁਤਾਬਕ ਜਿਹੜਾ ਡਿਫਰੈਂਸ ਸੀਗਾ ਡਿਪਲੋਮੈਟ ਦਾ ਉਹ ਜ਼ਿਆਦਾ ਹੁੰਦਾ ਹੀ ਸੀਗਾ, ਹੈਗੇ ਸੀਗੇ ਜ਼ਿਆਦਾ। ਸੋ ਇਸ ਟਾਈਮ ਜਿੰਨੇ ਕੁ ਡਿਪਲੋਮੈਟ ਕੈਨੇਡਾ 'ਚ ਨੇ ਉਨੇ ਕੁ ਇੰਡੀਆ 'ਚ ਉਹਨਾਂ ਨੂੰ ਰੱਖਣੇ ਪੈਣੇ ਆ, ਤਾਂ ਇਸ ਕਰਕੇ ਉਹਨਾਂ ਨੇ ਆਪਣੇ 41 ਡਿਪਲੋਮੈਂਟਸ ਵਾਪਸ ਬੁਲਾ ਲੈਣੇ। ਜਿਸ ਕਰਕੇ ਹੋਇਆ ਕੀ ਹੈ, ਜਿਹੜੀ ਮੇਨ ਅੰਬੈਸੀ ਹੈਗੀ ਹੈ ਦਿੱਲੀ 'ਚ, ਇਸ ਤੋਂ ਇਲਾਵਾ ਹੋਰ ਅੰਬੈਸੀਆਂ ਸੀਗੀਆਂ ਇੰਡੀਆ ਦੇ ਵਿੱਚ, ਜਿਵੇਂ ਬੋਂਬੇ, ਬੈਂਗਲੌਰ ਅਤੇ ਚੰਡੀਗੜ੍ਹ। ਸੋ ਡਿਪਲੋਮੈਟ ਘੱਟ ਹੋਣ ਕਰਕੇ, ਸਟਾਫ ਘੱਟ ਹੋਣ ਕਰਕੇ ਉਹਨਾਂ ਨੂੰ ਇਹ 3 ਅੰਬੈਸੀਆਂ ਜਿਹੜੀਆਂ ਹੈਗੀਆਂ ਨੇ ਕਲੋਜ਼ ਕਰਨੀਆਂ ਪਈਆਂ। ਹੁਣ ਇਸ ਚੀਜ਼ ਦਾ ਪ੍ਰਭਾਵ ਕੀ ਪਏਗਾ ਨਾ ਆਉਣ ਵਾਲੇ ਟਾਈਮ ਦੇ ਵਿੱਚ, ਇਹ ਦੇਖਣ ਦੀ ਗੱਲ ਹੈਗੀ ਹੈ ਕਿ ਵੀਜ਼ਾ ਦੀ ਸਪੀਡ ਘੱਟ ਹੋ ਜਾਏਗੀ, ਕਿ ਸਟੈਂਪਿੰਗ ਦੇ ਵਿੱਚ ਕੋਈ ਪ੍ਰੋਬਲਮ ਆਏਗੀ ਜਾਂ ਬਾਇਓਮੈਟ੍ਰਿਕ ਅਪਡੇਟ ਦੇ ਵਿੱਚ ਕੋਈ ਪ੍ਰੋਬਲਮ ਆਏਗੀ। ਸੋ ਇਹ ਦੇਖਣ ਵਾਲੀ ਗੱਲ ਹੈ, ਬਟ ਐਟ ਪ੍ਰੈਜੈਂਟ ਤੱਕ ਹਾਲੇ ਕੋਈ ਫਰਕ ਨਹੀਂ ਪਿਆ, ਕਿਉਂਕਿ ਇਹ ਬਿਲਕੁਲ ਲੇਟੈਸਟ ਹੈ, ਹੁਣੇ ਨਿਊਜ਼ ਹੈਗੀ ਹੈ, ਅਤੇ ਇਹ ਦੇਖਦੇ ਹਾਂ ਕਿ ਇਸ ਨਿਊਜ਼ ਦਾ ਕਿੰਨਾ ਕੁ ਫਰਕ ਪੈਂਦਾ। ਪਰਫੈਕਟ ਇਹੀ ਹੈ ਕਿ 3 ਅੰਬੈਸੀਆਂ ਜਿਹੜੀਆਂ ਹੈਗੀਆਂ ਨੇ ਕੈਨੇਡਾ ਨੇ ਕਲੋਜ਼ ਕਰ ਦਿੱਤੀਆਂ ਨੇ, ਪਰ ਇਸ ਚੀਜ਼ ਦਾ ਕੋਈ ਮੇਰੇ ਹਿਸਾਬ ਨਾਲ ਮੈਨੂੰ ਨਹੀਂ ਲੱਗਦਾ ਕੋਈ ਬਹੁਤੇ ਜ਼ਿਆਦਾ ਫਰਕ ਪਏਗਾ। ਸੋ ਜਿਵੇਂ ਕੋਈ ਅਗਲੀ ਅਪਡੇਟ ਆਉਂਦੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ। ਧੰਨਵਾਦ, ਸਤਿ ਸ਼੍ਰੀ ਅਕਾਲ।